ਦੇ ਦਿਖਾਉਂਦੇ ਹਾਂ ਜਿਹੜਾ 60 ਪਿੰਡਾਂ ਨੂੰ ਪਾਣੀ ਦੇ ਸਾਫ ਪਾਣੀ ਦਾ ਪ੍ਰੋਜੈਕਟ ਜਿਹੜਾ ਫਤਿਹਗੜ੍ਹ ਚੂੜੀਆਂ ਹਲਕੇ ਦੇ ਲੱਗ ਲੱਗਾ ਵਾ ਅਤੇ ਇੰਜੀਨੀਅਰ ਉਹਨਾਂ ਦੇ ਨਾਲ ਗੱਲ ਵੀ ਕਰਦੇ ਹਾਂ। ਭਾਅ ਜੀ ਕੀ ਨਾਮ ਤੁਹਾਡਾ? ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਰ ਮੇਰਾ ਨਾਮ ਦੀਪਕ ਅਰੋੜਾ ਆ ਅਤੇ ਮੈਂ ਐਜ਼ ਅ ਪ੍ਰੋਜੈਕਟ ਮੈਨੇਜਰ ਇੱਥੇ ਕੰਮ ਕਰ ਰਿਹਾ। ਸਰ ਜਿਹੜਾ ਇਹ ਪਲਾਂਟ ਹੈ ਕਿੱਦਾਂ ਕੰਮ ਕਰਦਾ ਹੈ ਅਤੇ ਕੀ ਕਰਨਾ? ਅਤੇ ਸਰ ਅਸੀਂ ਨਹਿਰੀ ਪਾਣੀ ਲੈ ਕੇ ਅਤੇ ਪਿੰਡਾਂ ਨੂੰ ਸਾਫ਼ ਪਾਣੀ ਫਿਲਟਰ ਕਰਕੇ ਸਪਲਾਈ ਕਰਨੀ ਹੈ। ਸਾਡਾ ਇੱਥੇ ਨਹਿਰ UBDC ਨਹਿਰ ਤੋਂ ਅਸੀਂ ਪਾਣੀ ਲੈ ਰਹੇ ਹਾਂ, ਜਿੱਥੇ ਸਾਡੇ 2 ਪੰਪ ਲਗਾਏ ਗਏ ਆ 25 ਕਿਲੋਵਾਟ ਦੇ, ਉੱਥੋਂ ਅਸੀਂ ਪੰਪਿੰਗ ਕਰਕੇ ਪਾਣੀ ਇਸ ਪਲਾਂਟ 'ਤੇ ਲੈ ਕੇ ਆਵਾਂਗੇ। ਇਸ ਪਲਾਂਟ ਦੇ ਅੱਗੇ ਫਿਰ ਸਾਡੇ ਰੈਪਿਡ ਸੈਂਡ ਫਿਲਟਰ ਲੱਗੇ ਆ, ਫਿਲਟਰ ਤੋਂ ਪਾਣੀ ਫਿਲਟਰ ਹੋ ਕੇ ਅਤੇ ਸਾਡੇ ਨਾਲ ਇੱਥੇ 3 ਪੰਪ ਹੋਣਗੇ ਇੱਥੇ ਅੱਗੇ। 75 ਕਿਲੋਵਾਟ ਦੇ 3 ਪੰਪ ਲਾਏ ਗਏ ਆ, 2 ਵਰਕਿੰਗ ਇੱਕ ਸਟੈਂਡ ਬਾਏ, ਜਿੱਥੋਂ ਪਾਣੀ ਪੰਪਿੰਗ ਕਰਕੇ ਅਸੀਂ 60 ਪਿੰਡਾਂ ਤੱਕ ਸਪਲਾਈ ਦੇਵਾਂਗੇ। ਪਾਣੀ ਰਾ ਵਾਟਰ ਤੋਂ ਸਾਡਾ ਆਏਗਾ ਪੰਪ ਹਾਊਸ ਤੋਂ, ਕੈਸਕੇਡ ਏਰੇਟਰ ਆ ਜਿਹੜਾ ਸਾਡਾ ਸਭ ਤੋਂ ਪਹਿਲਾ ਸਟਰਕਚਰ ਤੁਸੀਂ ਦੇਖਿਆ ਉਹ ਸਾਡਾ ਹੈਗਾ ਕੈਸਕੇਡ ਏਰੇਟਰ। ਕੈਸਕੇਡ ਏਰੇਟਰ ਤੋਂ ਹੁੰਦਾ ਹੋਇਆ ਪਾਣੀ ਸਾਡਾ ਫਲੈਸ਼ ਮਿਕਸਰ 'ਚ ਆਏਗਾ, ਫਲੈਸ਼ ਮਿਕਸਰ ਤੋਂ ਪਾਣੀ ਸਾਡਾ ਕਲੈਰੀ ਫਲੋਕੂਲੇਟਰ 'ਚ ਜਾਏਗਾ, ਜਿੱਥੇ ਅਸੀਂ ਉਹਦਾ ਟ੍ਰੀਟਮੈਂਟ ਕਰਾਂਗੇ, ਸੈਡੀਮੈਂਟੇਸ਼ਨ ਫਲੋਕੂਲੇਸ਼ਨ ਕਰਾਂਗੇ ਉਹਦੀ। ਉੱਥੇ ਸਾਡਾ ਜੋ ਵੀ ਟਰਬਿਡਿਟੀ ਹੋਏਗੀ ਉਹ ਸਾਰੀ ਸੈਟਲ ਡਾਊਨ ਹੋ ਜਾਏਗੀ। ਉਸ ਤੋਂ ਬਾਅਦ ਪਾਣੀ ਸਾਡਾ ਸਾਫ਼ ਪਾਣੀ ਫਿਲਟਰ 'ਚ ਜਾਏਗਾ, ਉੱਥੋਂ ਫਿਲਟਰੇਸ਼ਨ ਦੀ ਪ੍ਰੋਸੈਸ ਹੋਏਗੀ ਅਤੇ ਉਸ ਤੋਂ ਬਾਅਦ ਸਾਡਾ ਪਾਣੀ ਕਲੀਅਰ ਵਾਟਰ ਰਿਜ਼ਰਵਾਇਰ 'ਚ ਜਾਏਗਾ, ਜਿੱਥੋਂ ਅਸੀਂ ਪੰਪਿੰਗ ਦੇ ਥਰੂ ਲੋਕਾਂ ਨੂੰ ਪ੍ਰੋਵਾਈਡ ਕਰਾਂਗੇ। ਬਿਲਕੁਲ ਸਾਫ਼ ਪਾਣੀ ਮਿਲੇਗਾ ਜੀ। ਨਹੀਂ, ਇਹ ਡੇਰਾ ਬਾਬਾ ਨਾਨਕ ਹਲਕੇ ਦੇ ਵੀ ਕੁਛ ਪਿੰਡ ਡਿਸਕਵਰ ਕੀਤੇ ਗਏ ਆ ਜੀ। ਇਹਦੇ ਨਾਲ ਦਾ ਜੀ ਇੱਕ ਪਲਾਂਟ ਹੋਰ ਲੱਗ ਰਿਹਾ ਆਪਣਾ ਧਾਰੀਵਾਲ ਬਲਾਕ ਦੇ ਵਿੱਚ, ਉੱਥੋਂ ਵੀ 102 ਪਿੰਡਾਂ ਨੂੰ ਸਪਲਾਈ ਦਿੱਤੀ ਜਾ ਰਹੀ ਹੈ ਅਤੇ ਉਹਦੇ ਵਿੱਚ 4 ਹਲਕੇ ਆਉਂਦੇ ਆ ਜੀ, ਗੁਰਦਾਸਪੁਰ, ਆਪਣਾ ਕਲਾਨੌਰ ਅਤੇ ਧਾਰੀਵਾਲ ਅਤੇ ਡੇਰਾ ਬਾਬਾ ਨਾਨਕ। ਟੋਟਲ ਕਿੰਨੇ ਕੁ ਪਿੰਡ ਹੈਗੇ ਜਿਹੜੇ ਜ਼ਿਲ੍ਹਾ ਗੁਰਦਾਸਪੁਰ ਨੂੰ ਕਵਰ ਕਰਨਗੇ? ਟੋਟਲ ਜੀ ਸਾਡੇ 162 ਪਿੰਡ ਹੋ ਜਾਂਦੇ ਆ ਜੀ ਜਿਹੜੇ ਕਵਰ ਕੀਤੇ ਜਾਣਗੇ, ਜਿੱਥੇ ਸਾਫ਼ ਪਾਣੀ ਪ੍ਰੋਵਾਈਡ ਕੀਤਾ ਜਾਏਗਾ। ਤਿਆਰੀ ਫੁੱਲ ਹੋ ਗਈ ਹੈ ਪਾਣੀ ਛੱਡਣ ਦੀ? ਹਾਂਜੀ, ਤਿਆਰੀ ਪੂਰੀ ਹੋ ਗਈ ਹੈ ਜੀ, ਕੰਮ ਸਾਡਾ ਪੂਰਾ ਕੰਪਲੀਸ਼ਨ ਤੇ ਹੈ ਜੀ। ਕਦੋਂ ਫਿਰ ਆ ਜਾਣਾ? ਅਸੀਂ 1 ਮਹੀਨੇ ਦੇ ਵਿੱਚ ਇਹਦੀ ਕਮਿਸ਼ਨਿੰਗ ਕਰਕੇ ਦੇ ਦਾਂਗੇ। ਸਾਡਾ ਹੁਣ ਇਸ ਵੇਲੇ ਟੈਸਟਿੰਗ ਦੇ ਵਿੱਚ ਹੈ, ਟ੍ਰਾਇਲ ਰਨ ਚੱਲ ਰਿਹਾ ਹੈ। ਸਰ ਇੱਕ ਸੋਲਰ ਪਲਾਂਟ ਲਾਇਆ ਦਾ, ਉਹ ਫਿਰ ਕੀ ਕੰਮ ਕਰੇਗਾ ਇਹਦੇ ਵਿੱਚ? ਸਰ ਅਸੀਂ ਇੱਥੇ ਬਿਜਲੀ ਲਵਾਂਗੇ ਤਾਂ ਸਹੀ ਸਰਕਾਰ ਤੋਂ, ਪਰ ਉਹਨਾਂ ਨੂੰ ਉਨੀ ਬਿਜਲੀ ਬਣਾ ਕੇ ਵੀ ਦੇਵਾਂਗੇ, ਇਸ ਕਰਕੇ 139 ਕਿਲੋਵਾਟ ਦਾ ਇੱਥੇ ਸੋਲਰ ਪਲਾਂਟ ਲਾਇਆ ਗਿਆ ਹੈ, ਔਨ ਗ੍ਰਿਡ ਹੈ ਜਿਹੜਾ, ਅਤੇ ਇਸ ਬਿਜਲੀ ਸਰਕਾਰ ਨੂੰ ਪ੍ਰੋਵਾਈਡ ਕੀਤੀ ਜਾਏਗੀ।